ਸਤਿ ਸ੍ਰੀ ਅਕਾਲ ਜੀ ਪ੍ਰਾਈਮੇਸ਼ੀਅਰ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 24 ਘੰਟੇ ਵਿੱਚ ਜੋ ਕੁਝ ਵੀ ਵਾਪਰਿਆ ਹੁੰਦਾ ਹੈ ਕੋਸ਼ਿਸ਼ ਕਰੀਦਾ ਕਿ ਤੁਹਾਡੇ ਸਾਹਮਣੇ ਰੱਖੀਏ ਇੱਕ ਪਾਸੇ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਪਿਆ ਅੱਜ ਉਹਨੂੰ ਰੋਕਣਾ ਪਿਆ ਦਰਅਸਲ ਪਾਰਲੀਮੈਂਟ ਦੇ ਸੈਸ਼ਨ ਵਿੱਚ ਤਾਂ ਮੁੱਦਿਆਂ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਪਰ ਮੁੱਦੇ ਦੀ ਗੱਲ ਕੋਈ ਦੇਖਣ ਨੂੰ ਅੱਜ ਵੀ ਮਿਲੀ ਨਹੀਂ ਕਾਰਨ ਕੀ ਸੀ ਗੱਲ ਉੱਤੇ ਵੀ ਕਰਾਂਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲਹੂਰਾ ਨੇ ਲੋਕਾਂ ਦੇ ਨਾਂ 'ਇੱਕ ਚਿੱਠੀ ਲਿਖੀ ਹੈ ਚਰਚਾ ਦੇ ਵਿੱਚ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਕਿਉਂਕਿ ਅੰਮ੍ਰਿਤਪਾਲ ਖੁਰਾ ਦਾ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਤੇ ਕੁਝ ਥਾਵਾਂ ਤੇ نیٹ ਚੱਲ ਪਿਆ ਤੇ ਕੁਝ ਥਾਵਾਂ ਤੇ ਬੰਦ ਹੈ ਸਾਰੀਆਂ ਖਬਰਾਂ ਤੇ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਵਾਗਤ ਪੰਨੂ ਸਾਹਿਬ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਨੂ ਸਾਹਿਬ ਪਾਰਲੀਮੈਂਟ ਦਾ ਸੈਸ਼ਨ ਅੱਜ ਵੀ ਨਹੀਂ ਚੱਲ ਸਕਿਆ ਕੁਝ ਕਿਸਮਾ ਚੱਲਿਆ ਸੀਗਾ ਰੌਲਾ ਰੱਪਾ ਪੈ ਗਿਆ ਕਾਂਗਰਸ ਕਹਿ ਰਹੀ ਹੈ ਕਿ ਅਡਾਨੀ ਦੇ ਮੁੱਦੇ ਤੇ ਚਰਚਾ ਕੀਤੀ ਜਾਵੇ ਭਾਜਪਾ ਕਹਿ ਰ ਮਾਫੀ ਮੰਗਣ ਕਿਉਂਕਿ ਜੋ ਕੁਝ ਵੀ ਉਹਨਾਂ ਨੇ ਇੰਗਲੈਂਡ ਦੇ ਵਿੱਚ ਕਿਹਾ ਪਰ ਮੁੱਦਿਆਂ ਨੂੰ ਸਾਰਿਆਂ ਨੇ ਕਹਿ ਸਕਦੇ ਕਿ ਵਿਸਾਰ ਦਿੱਤਾ ਹੈ ਪਰ ਤੁਸੀਂ ਕਿਵੇਂ ਦੇਖਦੇ ਆਂ ਦੇਖੋ ਪਾਰਲੀਮੈਂਟ ਦਾ ਸੈਸ਼ਨ ਜਿਸ ਤਰ੍ਹਾਂ ਚਲਾਉਣ ਦਾ ਯਤਨ ਕਰਦੇ ਪਿਆ ਲੱਗਦਾ ਨਹੀਂ ਕਿ ਅਜੇ ਵੀ ਛੇਤੀ ਚੱਲ ਸਕੇ ਜੀ ਆਖਰ ਚਲਾਉਣਾ ਤਾਂ ਪੈਣਾ ਬਜਟ ਪਾਸ ਕਰਨ ਪਾਸ ਕਰਨਾ ਇਸ ਮਸਲੇ ਦੇ ਉੱਤੇ ਦੋਵਾਂ ਤਰ੍ਹਾਂ ਦਾ ਟਕਰਾਅ ਬਹੁਤ ਜ਼ਿਆਦਾ ਹੁੰਦਾ ਪਿਆ ਭਾਰਤੀ ਜਨਤਾ ਪਾਰਟੀ ਵਾਲੇ ਵਿਕਾਰ ਦਾ ਮੁੱਦਾ ਬਣਾ ਕੇ ਬੈਠ ਕੇ ਇੱਕ ਰਾਹੁਲ ਗਾਂਧੀ ਨੇ ਆਖਿਆ ਆਖ ਜੀ ਉਹ ਕਹਿੰਦਾ ਮੈਨੂੰ ਪਾਰਲੀਮੈਂਟ ਵਿੱਚ ਬੋਲਣ ਦਾ ਆਪਣਾ ਸਪਸ਼ਟਿਕਰਨ ਦੇਣ ਦਾ ਮੌਕਾ ਦਿਓ ਹੁਣ ਆਮ ਤੌਰ ਤੇ ਹੁੰਦਾ ਪਾਰਲੀਮੈਂਟ ਹੋਵੇ ਵਿਧਾਨ ਸਭਾ ਹੋਵੇ ਕਿਸੇ ਨੂੰ ਵੀ ਸਪਸ਼ਟਿਕਰਨ ਦੇਣ ਦਾ ਹੱਕ ਦਿੱਤਾ ਜਾਂਦਾ ਪਰ ਜਦੋਂ ਦੋਵਾਂ ਧਿਰਾਂ ਨੇ ਤਲਵਾਰਾਂ ਖਿੱਚੀਆਂ ਹੁਣ ਫਿਰ ਇਹੋ ਜਿਹਾ ਹੱਕ ਨੂੰ ਕੌਣ ਪਛਾਣਦਾ ਜੀ ਇਹੋ ਜਿਹਾ ਮੁੱਦੇ ਨੂੰ ਅਣਗੌਲਿਆ ਕਰ ਦਿੰਦੇ ਆ ਉਹਦੇ ਉੱਤੇ ਦੋਵੇਂ ਧਿਰਾਂ ਦੀ ਲੜਾਈ ਦੂਸਰਾ ਪਸਾਇਆ ਇਹਕ ਰਾਹੁਲ ਗਾਂਧੀ ਦੀ ਪਾਰਟੀ ਜਿਹੜੀ ਸਮੁੱਚੇ ਹਿੰਦੁਸਤਾਨ ਤੇ ਰਾਜ ਕਰਦੀ ਹੁੰਦੀ ਸੀ ਅੱਜ ਉਹ ਬਹੁਤ ਜ਼ਿਆਦੀ ਸੁਗੜ ਗਈ ਹੈ ਕਮਜ਼ੋਰ ਹੋ ਗਈ ਹੈ ਕੀ 45 50 ਪਾਰਲੀਮੈਂਟ ਮੈਂਬਰ ਹੋਣ 50 ਤੋਂ ਵੀ ਘਟਨੇ ਜਿਹੜੀ ਪਾਰਟੀ 300 ਤੋਂ ਉੱਪਰ 400 ਤੋਂ ਉੱਪਰ ਪਾਰਲੀਮੈਂਟ ਮੈਂਬਰਾਂ ਵਾਲੀ ਹੁੰਦੀ ਸੀ ਹੁਣ ਇੰਨੀ ਥੱਲੇ ਆ ਗਈ ਹੈ ਉਹਦੀ ਗੱਲ ਹੀ ਉੱਥੇ ਕਾਂਵਰੋਲੀ ਚ ਕੋਈ ਨਹੀਂ ਸੁਣਦਾ ਜੀ ਉਹ ਇੱਕ ਜਣਾ ਬੋਲਦਾ ਤੇ 10 ਜਣੇ ਉਹਦੇ ਮਗਰ ਪੈ ਜਾਂਦੇ ਆ ਬਾਰ ਮੀਡੀਆ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਇਹੋ ਜਿਹਾ ਜਿਹੜਾ ਧਰਮ ਦੇ ਨਾਂ ਤੇ ਵੀ ਕੇਂਦਰ ਚ ਰਾਜਕਰਦੀ ਪਾਰਟੀ ਨਾਲ ਬੱਜਾਵਾਂ ਸੰਗਠਨ ਦੇ ਨਾਂ ਤੇ ਵੀ ਅਹੁਦਿਆਂ ਦੇ ਨਾਂ ਤੇ ਵੀ ਉਹ ਵੀ ਪੂਰਾ ਜੋਰ ਲਾਇਆ ਜਾ ਰਿਹਾ ਰਾਹੁਲ ਗਾਂਧੀ ਤੋਂ ਮਾਫੀ ਤਾਂ ਮੰਗਾਉਣੀ ਮੰਗਾਉਣੀ ਮਾਫੀ ਤਾਂ ਮੰਗਾਉਣੀ ਮੰਗਾਉਣੀ ਹੈ ਜੇ ਇਹ ਆਪਣੀ ਜਿੱਤ ਜਿਹੜੇ ਰਹਿਣਗੇ ਆਪਣੀ ਜਿੱਤ ਜਿਹੜੇ ਰਹਿਣਗੇ ਤੇ ਚੋਕਸ਼ਵਨੀ ਨਿਕਲਣਾ ਦੇਸ਼ ਦੇ ਲੋਕਾਂ ਦਾ ਪੈਸਾ ਲੱਗਦਾ ਪਾਰਲੀਮੈਂਟ ਦੇ ਇੱਕ ਇੱਕ ਮੈਂਬਰ ਮੈਂਟ ਦੀ ਕਾਰਵਾਈ ਦੇ ਉੱਤੇ ਲੱਖਾਂ ਰੁਪਏ ਲੱਗ ਰਿਹਾ ਮਸਲਿਆਂ ਉੱਤੇ ਵਿਚਾਰ ਕਰੋ ਇੱਕ ਮੁੱਦੇ ਨੂੰ ਜਿੱਦ ਦਾ ਸਵਾਲ ਬਣਾ ਲਿਆ ਦੂਸਰੇ ਪਾਸੇ ਤੋਂ ਜਿਹੜਾ 100 ਮੁੱਦਿਆਂ ਦਾ ਮੁੱਦਾ ਕਿ ਇੱਕ ਬੰਦਾ ਜਿਹੜਾ ਬਹੁਤ ਛੋਟੇ ਪੱਧਰ ਦਾ ਕਾਰਖਾਨੇਦਾਰ ਹੁੰਦਾ ਸੀ ਉਹਨੂੰ ਗੁਜਰਾਤ ਦੇ ਮੁੱਖ ਮੰਤਰੀ ਨੇ ਚੁੱਕਿਆ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਗਿਆ ਤੇ ਨਾਲ ਉਹਦੀ ਵੀ ਤਰੱਕੀ ਹੋ ਗਈ ਤੇ ਹੌਲੀ ਹੌਲੀ ਉਹ ਦੁਨੀਆ ਦੇ ਪਹਿਲੇ ਤਿੰਨਾਂ 'ਚ ਵੀ ਆਉਣ ਲੱਗ ਪਿਆ ਅੱਜ ਨਾ ਤਿੰਨਾਂ 'ਚ ਨਾ 13 'ਚ ਨਾ 20 'ਚ ਇਹਨਾਂ ਥੱਲੇ ਡਿੱਗ ਪਿਆ ਜੀ ਸਾਰੀ ਦੁਨੀਆ 'ਚ ਉਹਦੀ ਪੋਜੀਸ਼ਨ ਵੀ ਖਰਾਬ ਹੋਈ ਹੈ ਨਾਲ ਉਹਨੇ ਭਾਰਤ ਦੀ ਖਰਾਬ ਕਰਾਈ ਹੈ ਉਦੇ ਮੁੱਦੇ ਦੇ ਉੱਤੇ ਸਰਕਾਰ ਬਹਿਸ ਨਹੀਂ ਕਰਾਉਣਾ ਚਾਹੁੰਦੀ ਉਸ ਮੁੱਦੇ ਤੋਂ ਕੰਨੀ ਘਤਰਾਂ ਦੀ ਪਈ ਹੈ ਇਸ ਚੱਕਰ ਦੇ ਵਿੱਚ ਮੈਨੂੰ ਲੱਗਦਾ ਵੀ ਨਹੀਂ ਕਿ ਉਹ ਇਸ ਮੁੱਦੇ ਤੇ ਕੋਈ ਬਹਿਸ ਕਰਾਉਣ ਹੁਣ ਜੇ ਸਰਕਾਰ ਇਸ ਮੁੱਦੇ ਤੇ ਬਹਿਸ ਕਰਾਵੇ ਤੇ ਮੁੱਦਾ ਕੱਲਾ ਇਹੋ ਨਹੀਂ ਨਾਲ ਵਿਜੇ ਮਾਲੀਆ ਦਾ ਖੁੱਲਣਾ ਮਹਿਲ ਚੌਕਸੀ ਦਾ ਖੁੱਲਣਾ ਜੀ ਜਿਹਦੇ ਵਾਰੰਟ ਵਾਰੰਟ ਹੁਣ ਰੱਦ ਕਰੀ ਫਿਰਦੀ ਇੰਟਰਪੋਲ ਵੀ ਇੰਟਰਨੈਸ਼ਨਲ ਪੁਲਿਸ ਵੀ ਬਿਲਕੁਲ ਉਹਦਾ ਵੀ ਖੁੱਲੇਗਾ ਫਿਰ ਲਲਿਤ ਮੋਦੀ ਦਾ ਖੁੱਲੇਗਾ ਪਤਾ ਨਹੀਂ ਨਿਰਮੋਦੀ ਦਾ ਖੁੱਲੇਗਾ ਕਿੰਨੇ ਖੁੱਲ ਜਾਣਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਹਾਂ ਚਾਹੀਦਾ ਇਹ ਹੈ ਕਿ ਦੋਵੇਂ ਤਰ੍ਹਾਂ ਐਸਬਲੇਟ ਯਤ ਸੱਡ ਕੇ ਬਜਟ ਦੇ ਉੱਤੇ ਆ ਜਾਣ ਬਜਟ ਦੀ ਬਹਿਸ ਦੇ ਦੌਰਾਨ ਜਿਹੜੀ ਜਿਹੜੀ ਚਾਤਮਾਰੀ ਕਿਸੇ ਨੇ ਕਰਨੀ ਕਰੀ ਜਾਣ ਚਾਤਮਾਰੀ ਇੱਥੋਂ ਤੱਕ ਹੋਣ ਰਹੀ ਹੈ ਕਿ ਕੱਲ ਫਿਰ ਅੱਜ ਵੀ ਪਾਰਲੀਮੈਂਟ 'ਚ ਮਿਹਣਾ ਮਾਰਿਆ ਗਿਆ ਕਿ ਕਾਂਗਰਸ ਪਾਰਟੀ ਤਾਂ ਸੋਨੀਆ ਗਾਂਧੀ ਤੇ ਉਹਦਾ ਪੁੱਤਰ ਰਾਹੁਲ ਗਾਂਧੀ ਚਲਾਉਂਦੇ ਆ ਰਿਮੋਟ ਉਹਨਾਂ ਦੇ ਹੱਥ 'ਚ ਆ ਮਲਕ ਅਰਜਨ ਖੜਗੇ ਤਾਂ ਰਿਮੋਟ ਤੇ ਚੱਲਣ ਵਾਲਾ ਪ੍ਰਧਾਨ ਅੱਜ ਫਿਰ ਉਹਨੇ ਅੱਗੋਂ ਆਖਿਆ ਕੰਨਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਹੈ ਜੇਪੀ ਨੱਡਾ ਜੀ ਦੱਸ ਦਿਓ ਉਹ ਦਾ ਰਮੋਟ ਕੀ ਦੇ ਕੋਲ ਉਹ ਵੀ ਤੇ ਹਰ ਗੱਲ ਤੁਹਾਡੇ ਤੋਂ ਪੁੱਛ ਕੇ ਕਰਦਾ ਪਿਆ ਉਹ ਕਿਤੇ ਆਪਣੀ ਮਰਜ਼ੀ ਨਾਲ ਚੱਲਦਾ ਹੁਣ ਸਾਰਿਆਂ ਨੂੰ ਪਤਾ ਕਿ ਜਗਤ ਪ੍ਰਕਾਸ਼ ਨੱਡਾ ਹਿਮਾਚਲ ਦੇ ਵਿੱਚ ਜਿੱਦਾਂ ਕੋਡਾ ਲੀਡਰ ਸੀ ਉੱਥੇ ਉਹਨਾਂ ਨੇ ਇਹਨੂੰ ਕੰਪੈਰ ਨਹੀਂ ਸੀ ਲੱਗਣ ਦਿੱਤੇ ਇਹਨੂੰ ਕੇਂਦਰ ਵਿੱਚ ਲੈ ਆਂਦਾ ਹੁਣ ਕੇਂਦਰ ਵਿੱਚ ਆਇਆ ਤੇ ਇੱਥੇ ਪਹਿਲਾਂ ਤਾਂ ਰਾਜਨਾਥ ਸਿੰਘ ਹੋਰੀ ਵੱਡੇ ਲੀਡਰ ਸੀ ਫਿਰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੱਡੇ ਲੀਡਰ ਬਣ ਗਏ ਇਹ ਉਹਨਾਂ ਦੇ ਨਾਲ-ਨਾਲ ਚੱਲਦਾ ਸੀ ਇਸ ਵੇਲੇ ਨੂੰ ਪ੍ਰਧਾਨ ਬਣਾਇਆ ਚੱਲਦਾ ਤੇ ਉਹ ਵੀ ਆਪਣੀ ਮਰਜ਼ੀ ਨਾਲ ਨਹੀਂ ਇਦਾਂ ਜੇ ਇੱਕ ਦੂਸਰੇ ਨੂੰ ਪੰਜਾਬੀ ਚ ਕਮਾ ਮਿਹਣੇ ਪੜ ਮਿਹਣੇ ਦੇਣੇ ਆ ਤੇਰਾ ਫਲਾਣਾ ਸੀ ਉਹਨਿਆ ਕਾ ਤੇਰਾ ਫਲਾਣਾ ਸੀ ਤੇਰੇ ਫਲਾਣਾ ਨਹੀਂ ਆ ਕੀਤਾ ਕੋ ਤੇਰੇ ਫਲਾਣਾ ਨਹੀਂ ਆ ਕੀਤਾ ਜਿਤ ਇਹਨਾਂ ਚੱਕਰਾਂ ਚ ਲੱਗੇ ਰਹਿਣਾ ਤੇ ਇਹ ਵੈਸੇ ਇਹਨਾਂ ਦੀ ਕਦੇ ਵੀ ਮੁੱਕਣੀ ਨਹੀਂ ਤੇ ਜਿਹੜੇ ਅਸਲ ਲੋਕਾਂ ਦੇ ਮੁੱਦੇ ਉਹਨਾਂ ਦੇ ਉੱਤੇ ਕਦੇ ਵਿਚਾਰ ਹੋ ਹੀ ਨਹੀਂ ਸਕਣੇ ਅਜੇ ਵੀ ਬਿਹਤਰ ਆ ਕਿ ਦੋਵੇਂ ਤਰ੍ਹਾਂ ਇਸ ਜਦ ਨੂੰ ਛੱਡ ਕੇ ਤੇ ਮੁੱਦਿਆਂ ਉੱਤੇ ਬਹਿਸ ਕਰਨ ਵਿਰੋਧੀ ਧਿਰ ਵੀ ਕਾਂਗਰਸ ਦੇ ਨਾਲ ਸਾਰੀ ਨਹੀਂ ਖਲੋਰੀ ਇੱਕ ਹਿੱਸਾ ਖਲੋ ਰਿਆ ਉਹ ਖਲੋ ਰਏ ਨੇ ਜਿਨ੍ਹਾਂ ਦੇ ਉੱਤੇ ਆਪਣੇ ਉੱਤੇ ਕੇਸ ਬਣੇ ਨੇ ਮਮਤਾ ਬੇਨ ਜੀ ਇਹਨਾਂ ਨਾਲ ਨਹੀਂ ਖਲੋਰੀ ਇਹ ਇੱਕ ਕਈ ਮੁੱਦੇ ਆ ਜਿਨ੍ਹਾਂ ਦੇ ਉੱਤੇ ਵਿਰੋਧੀ ਤਰਵੀ ਪਾਰਟੀ ਪਈ ਹੈ ਸੋ ਇਸ ਕਰਕੇ ਇੱਕੋ ਇੱਕ ਰਸਤਾ ਰਹਿ ਜਾਂਦਾ ਕਿ ਬਜਟ ਦੇ ਉੱਤੇ ਬਹਿਸ ਹੋਵੇ ਜੋ ਕੁਝ ਕਰਨਾ ਜਿਹਨੇ ਕਹਿਣਾ ਉੱਥੇ ਕਹਿ ਲਵੇ ਆਪੇ ਕਾਰਵਾਈ ਦਾ ਹਿੱਸਾ ਬਣ ਜੂ ਬਜਟ ਤੇ ਬੋਲਦਿਆਂ ਰਾਹੁਲ ਗਾਂਧੀ ਆਪਣਾ ਸਪਸ਼ਟੀਕਰਮੇ ਦੇ ਦੇ ਜੇ ਕਹਿੰਦਾ ਸੁਣਨਾ ਸੁਣਨੇ ਨਹੀਂ ਸੁਣਨਾ ਨਾ ਸੁਣੇ ਪਰ ਕੁਝ ਗੱਲ ਤਾਂ ਹੋਵੇਗੀ ਗੱਲ ਤੁਰਨੀ ਚਾਹੀਦੀ ਹੈ ਉਹੜਕਾ ਟੁੱਟ ਜਾਣਾ ਚਾਹੀਦਾ ਜੀ ਇਹ ਪੰਨ ਸਾਹਿਬ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰ ਨੇ ਇੱਕ ਚਿੱਠੀ ਲਿਖੀ ਹੈ ਚਰਚਾ ਦੇ ਵਿੱਚ ਬਹੁਤ ਹੈ ਕਿਉਂਕਿ ਆਪਣੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਲਿਖਿਆ ਕਿ ਕੁਝ ਗਲਤੀਆਂ ਤਾਂ ਹੋਈਆਂ ਸੀ ਦੂਸਰੇ ਪਾਸੇ ਇੱਕ ਖਬਰ ਹੋਰ ਚਰਚਾ ਦਾ ਵਿਸ਼ਾ ਜੋ ਨਾਲ ਹੀ ਬਣੀ ਹੋਈ ਹੈ ਸੁਖਵੀਰ ਸਿੰਘ ਬਾਦਲਹੂਰਾ ਨੇ ਕੱਲ ਹੀ ਅਜੇ ਕਿਹਾ ਸੀ ਕਿ ਅਸੀਂ ਚਾਹੁੰਦੇ ਨਹੀਂ ਸੀ ਜੀ ਕਿ ਉਹਨਾਂ ਨੂੰ ਚੋਣ ਲੜਾਈ ਜਾਵੇ ਪਰ ਇੱਕ ਗਲਤੀ ਹੋਈ ਹੈ ਇਹ ਦੋਹੀ ਖਬਰਾਂ ਨੂੰ ਕਿਵੇਂ ਦੇਖਦੇ ਆ ਜੀ ਜਿਹੜੀ ਕੱਲ ਖਬਰ ਆਈ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਆਖਿਆ ਕੱਲ ਨਹੀਂ ਅਸਲ ਚ ਤਾਂ ਉਹ ਖਬਰ 2 ਦਿਨ ਪੁਰਾਣੀ ਸੀ ਕੱਲ ਆਈ ਉਹਨੇ ਲੰਬੀਚ ਆਪਣੇ ਪਾਰਟੀ ਦੇ ਵਰਕਰਾਂ ਦਾ ਆਪਣੇ ਪਿਤਾ ਜੀ ਦੇ ਚੋਣ ਹਲਕੇ ਚ ਇਕੱਠ ਕੀਤਾ ਇਹ ਉਹਨੇ ਆਖਿਆ ਕਿ ਮੇਰੇ ਪਿਤਾ ਜੀ ਨੇ ਇੰਨੀ ਤੁਹਾਡੀ ਸੇਵਾ ਕੀਤੀ ਸੀ ਤੁਸੀਂ ਵੋਟਾਂ ਨਹੀਂ ਪਾਈਆਂ ਚੰਗਾ ਨਹੀਂ ਲੱਗਦਾ ਉਹਨੇ ਇਹ ਵੀ ਆਖਿਆ ਕਿ ਉਹਨਾਂ ਨੂੰ ਚੋਣ ਨਹੀਂ ਲੜਾਉਣੀ ਚਾਹੀਦੀ ਇਹ ਮੇਰੀ ਗਲਤੀ ਹੈ ਜੀ ਸਾਰੀਆਂ ਗੱਲਾਂ ਉਹਨੇ ਕੀਤੀਆਂ ਠੀਕ ਕੀਤੀਆਂ ਇਹ ਤਾਂ ਅਸੀਂ ਵੀ ਪਹਿਲਾਂ ਤੋਂ ਕਹਿੰਦੇ ਸੀਗੇ ਕਿ ਵੱਡੇ ਬਾਦਲ ਸਾਹਿਬ ਨੂੰ ਹੁਣ ਚੋਣ ਨਹੀਂ ਲੜਾਉਣੀ ਚਾਹੀਦੀ ਜੀ ਜਦੋਂ ਲੜੀ ਜਿਹੜੇ ਬੰਦਿਆਂ ਨੇ ਸਾਡੇ ਵਰਗਾਂ ਨੇ ਕਦੇ ਇਹਨਾਂ ਮਾਮਲਿਆਂ ਦੇ ਵਿੱਚ ਅਕਾਲੀਆਂ ਦੀ ਕੋਈ ਸਿੱਧ-ਸੁਪਤ ਨਹੀਂ ਸੀ ਕੀਤੀ ਅਸੀਂ ਵੀ ਸਮਝਦੇ ਸੀ ਸਾਹਿਬ ਕਿ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਜਿਹੜਾ 50 ਸਾਲਾਂ ਤੋਂ 50 ਕਿਉਂ ਇਹਦੇ ਨਾਲੋਂ ਵੇ ਜਿਆਦਾ ਹੋ ਜਾਂਦੇ 70 ਸਾਲਾਂ ਤੋਂ ਲਗਾਤਾਰ ਸਮਾਜ ਸੇਵਾ ਚ ਹੋਵੇ ਰਾਜਨੀਤੀ ਚ ਹੋਵੇ ਇੰਨੇ ਉਹਨੇ ਟੋਰ ਨਾਲ ਪੰਜ ਵਾਰੀ ਮੁੱਖ ਮੰਤਰੀ ਦਾ ਅਹੁਦਾ ਮਾਣਿਆ ਹੋਵੇ ਮੰਦੇ ਚੰਗੇ ਹਰ ਕਿਸ ਨੇ ਦਿਨ ਵੇਖੇ ਹੋਣ ਸਾਰੀਆਂ ਘਾਟੀਆਂ ਲੰਘਿਆ ਹੋਵੇ ਬੁੱਢੇ ਬਾਰੇ ਆ ਕੇ ਉਹਦਾ ਵਿਕਾਰ ਦਾਤੇ ਨਹੀਂ ਲਾਉਣਾ ਚਾਹੀਦਾ ਜੀ ਪਰ ਦਾਤਾ ਕਿੰਨੇ ਲਾਇਆ ਉਹਦੇ ਆਪਣਿਆਂ ਨੇ ਲਾਤਾ ਉਹਨੂੰ ਦਾਤਾ ਨਾ ਲਾਇਆ ਜਾਂਦਾ ਤੇ ਬਿਹਤਰ ਸੀ ਉਹਦੇ ਵਾਲੀ ਚੋਣ ਉਸੇ ਸੇਡ ਦੇ ਉੱਤੇ ਸੁਖਵੀਰ ਸਿੰਘ ਬਾਦਲ ਆ ਜਾਂਦਾ ਸੀਟ ਹਰ ਵੀ ਜਾਂਦੀ ਤੇ ਕੋਈ ਨਹੀਂ ਹੁਣ ਜਲਾਲਾਬਾਦ ਚੋਂ ਕਿਹੜੇ ਜਿੱਤੇਗੇ ਉੱਥੇ ਵੀ ਹਰ ਜਾਂਦੇ ਉੱਥੇ ਹਰ ਜਾਂਦੇ ਜੋ ਮਰਜ਼ੀ ਹੋ ਜਾਂਦਾ ਉਹਨੂੰ ਪਾਸੇ ਰੱਖਿਆ ਜਾ ਸਕਦਾ ਸੀ ਪਰ ਉਹ ਜੋ ਕੁਝ ਹੋਇਆ ਜਿਹੜੇ ਬੰਦੇ ਨੇ ਇੰਨੀ ਲੰਮੀ ਪਾਰੀ ਖੇਡੀ ਹੋਵੇ ਇੰਨਾ ਲੰਮਾ ਸਮਾਂ ਰਾਜਨੀਤੀ ਚ ਖੇਡਿਆ ਹੋਵੇ ਤੇ ਇੱਕ ਵੱਖਰੀ ਕਿਸਮ ਦੀ ਉਹਦੀ ਸ਼ਾਨ ਹੋਵੇ ਉਹ ਬੰਦਾ ਐਸ ਉਮਰ ਦੇ ਵਿੱਚ ਜਾ ਕੇ ਤੇ ਇਸ ਤਰ੍ਹਾਂ ਮਤਲਬ 95 ਸਾਲ ਦੀ ਉਮਰ ਚ ਕਰ ਕਰ ਜਾ ਕੇ ਲੋਕਾਂ ਤੋਂ ਵੋਟਾਂ ਮੰਗਦਾ ਫਿਰ ਇਹ ਚੰਗਾ ਨਹੀਂ ਲੱਗਦਾ ਜੀ ਬਹੁਤ سارے ਲੋਕਾਂ ਚ ਚਗਨ ਸੀ ਲੱਗਾ ਪਰ ਹੁਣ ਜਦੋਂ ਬਾਦਲ ਸਾਹਿਬ ਨੇ ਇੱਕ ਚਿੱਠੀ ਲਿਖੀ ਉਹ ਚਿੱਠੀ ਨੇ ਸਾਰਾ ਧਿਆਨ ਖਿੱਚਿਆ ਉਹ ਕਹਿੰਦੇ ਮੇਰੇ ਤੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਰਾਜ ਕਰਦੇ ਇਹ ਤੇ ਲੋਕ ਵੀ ਮੰਨਦੇ ਗਲਤੀਆਂ ਹੋਈਆਂ ਕਹਿੰਦੇ ਜੀ ਉਹ ਗਲਤੀਆਂ ਜਿਹੜੀਆਂ ਸੀ ਉਹਦੇ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਪਹਿਲਾਂ ਤੇ ਅੱਜ ਕੱਲ ਆਮ ਆਦਮੀ ਪਾਰਟੀ ਮੇਰੇ ਖਿਲਾਫ ਜੋ ਕੁਝ ਵਿਹਾਰ ਕਰਦੇ ਠੀਕ ਨਹੀਂ ਮੇਰੇ ਰਾਜਨੀਤੀ ਜੇ ਤੁਸੀਂ ਉਹਨਾਂ ਦੇ ਖਿਲਾਫ ਕਰਦੇ ਰਹੇ ਸੀ ਉਹ ਤੁਹਾਡੇ ਖਿਲਾਫ ਕਰਦੇ ਰਹੇ ਘਟ ਦੇ ਦੋਵਾਂ ਚੋਂ ਕਿਸੇ ਨੇ ਕੀਤੀ ਆਮ ਆਦਮੀ ਪਾਰਟੀ ਦੇ ਖਿਲਾਫ ਘਟ ਇਸ ਕਰਕੇ ਕਿਉਂਕਿ ਉਹਨੂੰ ਪਾਰਟੀ ਨੂੰ ਉੱਠੀ ਨੂੰ ਇਹ ਬਹੁਤ ਚਰਨੀ ਹੋਇਆ ਜੀ ਪਰ ਕਾਂਗਰਸੀਆਂ ਦੇ ਖਿਲਾਫ ਤੁਸੀਂ ਕਿਹੜੀ ਕਸਰ ਛੱਡੀ ਸੀ ਤੇ ਉਹਨਾਂ ਤੁਹਾਡੇ ਖਿਲਾਫ ਤੇ ਕਿਹ ਕਸਰ ਛੱਡੀ ਇਹ ਹੈ ਕਿ ਅਖੀਰ ਦੇ ਉੱਤੇ ਆ ਕੇ ਕੈਪਟਨ ਅਮਰਿੰਦਰ ਸਿੰਘ ਤੇ ਤੁਸੀਂ ਇੱਕ ਦੂਸਰੇ ਦਾ ਲਿਹਾਜ ਕਰਨ ਲੱਗ ਪਏ ਸੀ ਤੇ ਇੱਕ ਤੀਸਰੀ ਤੇ ਰਗ ਜਿਹੜੇ ਦੋਵਾਂ ਦਾ ਲਿਹਾਜ ਨਹੀਂ ਕਰਦੀ ਦੋਵਾਂ ਦੇ ਮਗਰ ਪਈ ਫਿਰਦੀ ਹੈ ਰਾਜਨੀਤੀ 'ਚ ਇਦਾਂ ਦੇ ਕਈ ਦੌਰ ਆਉਂਦੇ ਹੁੰਦੇ ਆ ਰਹਿ ਗਈ ਗੱਲ ਇਸ ਰਾਜਨੀਤੀ 'ਚ ਬਾਦਲ ਸਾਹਿਬ ਦੇ ਮਨੋਂ ਦਾ ਸ਼ਾਦੀ ਵੀ ਇਸ ਮਨੋਦਸ਼ਾ ਚ ਜੋ ਕੁਝ ਉਹ ਮਹਿਸੂਸ ਕਰਦੇ ਉਹਨਾਂ ਨੇ ਇਸ ਚਿੱਠੀ ਚ ਕਹਿਤਾ ਪੰਜਾਬੀਆਂ ਦੇ ਨਾਂ ਕਹਿਤਾ ਦੂਸਰੇ ਲੋਕ ਵੀ ਬਹੁਤ ਕੁਝ ਕਰਨਗੇ ਉਹਨਾਂ ਨੂੰ ਵੀ ਕਹਿਣ ਦਾ ਹੱਕ ਹੈ ਬਾਦਲ ਸਾਹਿਬ ਕਹਿੰਦੇ ਮੇਰੇ ਤੋਂ ਗਲਤੀਆਂ ਹੋਈਆਂ ਕੁਝ ਗਲਤੀਆਂ ਹੁੰਦੀਆਂ ਜਿਹੜੀਆਂ ਤੋਹੀ ਕਰਦੇ ਆ ਤੇ ਤੁਹਾਨੂੰ ਆਪ ਨੂੰ ਭੁਗਤਣੀਆਂ ਪੈਂਦੀਆਂ ਕੁਝ ਗਲਤੀਆਂ ਹੁੰਦੀਆਂ ਜਿਹੜੀਆਂ ਤੁਸੀਂ ਕਰਦੇ ਆ ਪਰ ਉਹ ਤੁਹਾਨੂੰ ਨਹੀਂ ਤੁਹਾਡੇ ਸਮਾਜ ਨੂੰ ਤੁਹਾਡੇ ਭਾਈਚਾਰੇ ਨੂੰ ਤੁਹਾਡੇ ਰਾਜ ਨੂੰ ਤੁਹਾਡੇ ਪੰਜਾਬ ਨੂੰ ਭੁਗਤਣੀਆਂ ਪੈਂਦੀਆਂ ਜਿਹੜੀਆਂ ਅ 2015 ਵਿੱਚ ਖਾਸ ਤੌਰ ਤੇ ਗਲਤੀਆਂ ਹੋਈਆਂ ਤੇ ਅਗੜ ਪਿਛੜ ਹੋਈਆਂ ਉਹਨਾਂ ਗਲਤੀਆਂ ਦਾ ਖਮਿਆਜਾ ਸਮੁੱਚੇ ਪੰਜਾਬ ਨੂੰ ਵੀ ਭੁਗਤਣਾ ਪਿਆ ਜਿਹੜੇ ਸਿੱਖ ਭਾਈਚਾਰੇ ਦੇ ਨਾਂ ਤੇ ਅਕਾਲੀ ਦਲ ਰਾਜਨੀਤੀ ਕਰਦਾ ਸੀ ਉਹ ਸਿੱਖ ਭਾਈਚਾਰੇ ਨੂੰ ਵੀ ਭੁਗਤਣਾ ਪਿਆ ਸਮੁੱਚੇ ਤੌਰ ਤੇ ਵੇਖੀਏ ਕਿ ਉਸ ਵਕਤ ਦੀਆਂ ਜਿਹੜੀਆਂ ਹੱਥਾਂ ਦੀਆਂ ਦਿੱਤੀਆਂ ਗੰਢਾਂ ਸੀ ਉਹ ਅੱਜ ਤੱਕ ਦੰਦਾ ਨਾਲ ਨਹੀਂ ਖੋਲੀਆਂ ਜਾ ਰਹੀਆਂ ਬਹੁਤ ਸਮੱਸਿਆ ਆ ਰਹੀ ਹੈ ਪਿਛਲੀ ਕਾਂਗਰਸੀ ਸਰਕਾਰ ਇਸ ਪਾਸੇ ਨੂੰ ਧੁਰਨ ਲੱਗੀ ਸੀ ਮੁੜ ਕੇ ਉਹਨਾਂ ਦੀਆ ਕੈਪਟਨ ਅਮਰਿੰਦਰ ਸਿੰਘ ਦੀਆਂ ਕੀ ਗਣਤੀਆਂ ਮਿੰਟੀਆਂ ਉਹਨੂੰ ਛੱਡ ਦਿਓ ਇਸੇ ਗੱਲ ਤੋਂ ਤੇ ਕੌੜ ਖਾ ਕੇ ਸੀਨੀਅਰ ਵਕੀਲ ਤੇ ਆਪੋਜੀਸ਼ਨ ਲੀਡਰ ਉਸ ਵਕਤ ਦਾ ਐਚਐਸ ਫੂਲ ਦਾ ਅਸਤੀਫਾ ਦੇ ਕੇ ਰਾਹ ਪਿਆ ਸੀ ਕਿ ਮੈਂ ਇਹੋ ਜੀ ਰਾਜਨੀਤੀ ਨਹੀਂ ਰਹਿਣਾ ਮੈਂ ਇਸ ਅਸੈਂਬਲੀ 'ਚ ਨਹੀਂ ਰਹਿਣਾ ਜਿੱਥੇ ਅੰਦਰ ਖਾਤੇ ਕੋਈ ਜੱਗਲਾਂ ਹੋਰ ਹੁੰਦੀਆਂ ਤੇ ਬਾਹਰ ਹੋਰ ਕਹਿੰਦੇ ਆ ਪਰ ਅੱਜ ਜਿਹੜੀ ਨਵੀਂ ਸਰਕਾਰ ਆ ਉਹ ਜਿਹੜੇ ਕਾਨੂੰਨੀ ਕਾਰਵਾਈ ਚੱਲਦੇ ਪਈ ਆ ਇੱਕ ਵਿਸ਼ੇਸ਼ ਜਾਂਚ ਟੀਮ ਉਹਨਾਂ ਬਣਾ ਦਿੱਤੀ ਵਿਸ਼ੇਸ਼ ਜਾਂਚ ਟੀਮ ਨੇ ਰਿਪੋਰਟ ਪੇਸ਼ ਕਰ ਦਿੱਤੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਜੋ ਹੁੰਦਾ ਸੋ ਹੋ ਸਕਦਾ ਸੀ ਐਸੋਲੇ ਚਿੱਠੀ ਅੱਜ ਦੀ ਤਰੀਕ ਵਿੱਚ ਉਹ ਇਸ ਕਰਕੇ ਬੇਲੋੜੀ ਆ ਵੀ ਚਿੱਠੀ ਦੇ ਵਿੱਚ ਜਿਹੜੀ ਇਮੋਸ਼ਨਲ ਅਪੀਲ ਕੀਤੀ ਗਈ ਜਿਹੜੀ ਭਾਵਕ ਜੀ ਇੱਕ ਅਪੀਲ ਲੋਕਾਂ ਨੂੰ ਕੀਤੀ ਗਈ ਆ ਸਮਝਾਉਣ ਦਾ ਯਤਨ ਕੀਤਾ ਗਿਆ ਇਹਦਾ ਫਾਇਦਾ ਤਾਂ ਜੇ ਸਿਰ ਤੇ ਕੋਈ ਚੋਣ ਹੋਵੇ ਐਸੋਲੇ ਚੋਣ ਹੀ ਕੋਈ ਨਹੀਂ ਆ ਜਲੰਧਰ ਦੀ ਉਪ ਚੋਣ ਨਾਲ ਉਹਨਾਂ ਨੂੰ ਵਾਸਤਾ ਕੋਈ ਨਹੀਂ ਕਿਉਂਕਿ ਸੀਟ ਅਕਾਲੀ ਦਲ ਨੇ ਲੜਨੀ ਨਹੀਂ ਕਿ ਬਹੁਤ ਜਨ ਸਮਾਜ ਪਾਰਟੀ ਉਛੜਤੀ ਹੈ ਅਗਲੀ ਚੋਣ ਆਉਣੀ ਆ 2024 ਚ ਪਾਰਲੀਮੈਂਟ ਦੀ ਇਹੋ ਚਿੱਠੀ ਉਹਦੇ ਨੇੜੇ ਜਾ ਕੇ ਇਹ ਜਾਰੀ ਕਰਦੇ ਤੇ ਉਹਦਾ ਮਤਲਬ ਹੋਰ ਸੀ ਕਾਨੂੰਨੀ ਕਾਰਵਾਈ ਚ ਇਹੋ ਜੀਆਂ ਚਿੱਠੀਆਂ ਭਾਵਕ ਚਿੱਠੀਆਂ ਦਾ ਉੱਤੇ ਕੋਈ ਅਸਰ ਨਹੀਂ ਉੱਥੇ ਤੇ ਦੋਵੇਂ ਤਰ੍ਹਾਂ ਦੇ ਵਕੀਲਾਂ ਨੇ ਭਿੜਨਾ ਤੇ ਉਹ ਵਕੀਲ ਇਹਨਾਂ ਦੇ ਕੋਲ ਵੀ ਤਗੜੇ ਉਹਨਾਂ ਦੇ ਕੋਲ ਵੀ ਤਗੜੇ ਆਪੋចਤ ਭਿੜਦੇ ਰਹਿਣਗੇ ਆਹ ਚਿੱਠੀ ਜਿਹੜੀ ਆ ਇਹ ਲੋਕਾਂ ਨੂੰ ਇੱਕ ਸੰਦੇਸ਼ ਸਮਝਾਉਣ ਦਾ ਜਾਂ ਆਪਣਾ ਮਨ ਸਾਫ਼ ਕਰਨ ਦਾ ਜਾਂ ਖਾਤਾ ਸਾਫ਼ ਰੱਖਣ ਦਾ ਇਹ ਜਤਨ ਆ ਬਿਹਤਰ ਸੀ ਕਿ ਅੱਜ ਨਾ ਕਰਦੇ ਤੇ ਅਗਲੇ ਸਾਲ ਪਾਰਲੀਮੈਂਟ ਚੋਣਾਂ ਤੋਂ ਐਨ ਪਹਿਲਾਂ ਕਰਕੇ ਕਹਿੰਦੇ ਕਿ ਦੇਖੋ ਮੈਂ ਇੰਨਾ ਕੁਝ ਜਰਿਆ ਮੇਨ ਆ ਹੁੰਦਾ ਰਿਹਾ ਐਸ ਵੇਲੇ ਤੇ ਇਹ ਚਿੱਠੀ ਦਾ ਕੋਈ ਜਿਹੜਾ ਫਾਇਦਾ ਉਹ ਸ਼ਾਇਦ ਚਾਹੁੰਦੇ ਹੋਣਗੇ ਵੱਦਲ ਸਾਹਿਬ ਕੀ ਚਾਹੁੰਦੇ ਅਕਾਲੀ ਦਲ ਜੋ ਫਾਇਦਾ ਚਾਹੁੰਦਾ ਹੋਊਗਾ ਉਹ ਉਹਨਾਂ ਨੂੰ ਮਿਲ ਨਹੀਂ ਸਕਣਾ ਜੀ ਪੰਸਰਪਾਈ ਅਮਰਤਪਾਲ ਹੁਰਾਂ ਦੀ ਅੱਜ ਪੇਸ਼ੀ ਸੀ ਉਸ ਮਾਮਲੇ 'ਚ ਦੱਸਿਓ ਅੱਜ ਬਣਿਆ ਕੀ ਹੈ ਦੂਸਰੇ ਪਾਸੇ ਕੁਸ਼ਕ ਸਿਆਸਤਦਾਨ ਨੇ ਕੰਮ ਆਪਣੇ ਸ਼ੁਰੂ ਕਰ ਦਿੱਤੇ ਐ ਤੇ ਸਿਆਸੀ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਨੇ ਅਫਵਾਹਾਂ ਦਾ ਦੌਰ ਵੀ ਪੂਰਾ ਚੱਲਦਾ ਪਿਆ ਇੰਟਰਨੈਟ ਤੇ ਪਵੰਦੀ ਸੀ ਕੁਸ਼ਕ ਥਾਵਾਂ ਤੇ ਅਜੇ ਬੰਦ ਐ ਤੇ ਕੁਸ਼ਕ ਥਾਵਾਂ ਤੇ ਚੱਲ ਪਿਆ ਪੂਰਾ ਮਾਹੌਲ ਕਿਸ ਤਰ੍ਹਾਂ ਦਾ ਜੀ ਹੁਣ ਦੇਖੋ ਇੱਕ ਤਾਂ ਮਾਮਲਾ ਅਦਾਲਤ ਦਾ ਉੱਥੇ ਤਾਂ ਤਰੀਕ ਅੱਗੇ ਪੈ ਗਈ ਅਦਾਲਤ ਨੇ ਪੁੱਛਿਆ ਕਿ ਤੁਸੀਂ ਉਹਦੇ ਬਰਾਂਟ ਜਾਰੀ ਕਰਦੇ ਪਏ ਆ ਅਮਰਤਪਾਲ ਸਿੰਘ ਦੇ ਤੇ ਭਾਈ ਅਮਰਤਪਾਲ ਸਿੰਘ ਨੂੰ ਫੜਿਆ ਕਿਉਂ ਨਹੀਂ ਜਾ ਰਿਹਾ ਜੀ ਹੁਣ ਪੁਲਿਸ ਕਹੇਗੀ ਕਿ ਅਜੇ ਤੇ ਇਨੇ ਚਿਰਾਂ ਦੇ ਕਈ ਹੋਰ ਲੋਕ ਵੀ ਨਹੀਂ ਫੜੇਗੇ ਨੂੰ ਰਾਤ ਰਤ ਕਿਦਾਂ ਫੜਿਆ ਜਿਵੇਂ ਆਪਣੀ ਐਸਪੈਕਟੀ ਕਰਨ ਦੇਣਗੇ ਅਦਾਲਤ ਵਿੱਚ ਦੂਸਰੀ ਧਿਰ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਨੇ ਕਿਹਾ ਕਿ ਮੁੰਡਾ ਕਿੱਥੇ ਆ ਦੱਸਣ ਤਾਂ ਸੀ ਉਹ ਉਹਦੇ ਵਾਸਤੇ ਦਾ ਪੁੱਤਰ ਹੈ ਉਹਨੇ ਆਪਣੀ ਗੱਲ ਕਹਿਣੀ ਸਿੱਖਿਆ ਤੀ ਬਾਪ ਤਾਂ ਕਹੇਗਾ ਪਰ ਉਹਦੇ ਤੇ ਜਿੱਦਾਂ ਮਾਹੌਲ ਕਾਨੂੰਨੀ ਤੌਰ ਤੇ ਉਹ ਵੱਖਰਾ ਕਾਨੂੰਨੀ ਲੜਾਈ ਦੇ ਵਿੱਚ ਬਾਪ ਹੋਵੇ ਬੇਟਾ ਹੋਵੇ ਅਦਾਲਤ ਨੇ ਕਾਨੂੰਨੀ ਪੱਖ ਵੇਖਣਾ ਇਹ ਵੀ ਸਰਕਾਰ ਨੇ ਕਹਿਤਾ ਕਿ ਜੇ ਅਸੀਂ ਫੜ ਲਿਆ ਤੇ ਉਹਦੇ ਉੱਤੇ ਐਨਐਸਏ ਲਾੜਨਾ ਨੈਸ਼ਨਲ ਸਕਿਉਰਿਟੀ ਐਕਟ ਲਾਦਣਾ ਇਹਦੇ ਮਤਲਬ ਮੁੜ ਕੇ ਸਿੱਧੇ ਜਮਾਨਤਾਂ ਹੋ ਸਕੂ ਇੱਕ ਬੰਦੇ ਨੇ ਹੈ ਮਿਸਕਾਰ ਸਪਾਈ ਸੀ ਉਹਦਾ ਮਤਲਬ ਹੁੰਦਾ ਕਿ ਜਿੱਥੇ ਵੀ ਕਿਤੇ ਹੈਗਾ ਜੀ ਲਿਆ ਕੇ ਪੇਸ਼ ਕੀਤਾ ਜਾਵੇ ਜਾਂ ਪੁਲਿਸ ਦੇ ਕਿ ਉਥੋਂ ਦੀ ਹਾਈ ਕੋਰਟ ਦੀ ਇੱਕ ਵਾਰੰਟ ਅਫਸਰ ਦੀ ਟੀਮ ਦੇ ਦਿਓ ਅਸੀਂ ਨਾਲ ਜਾਈ ਤੇ ਫੋੜਾ ਫੋੜੀ ਕਰੀ ਉਦੋਂ ਵੀ ਕੋਈ ਅਦਾਲਤ ਨੇ ਅਜੇ ਤੱਕ ਮੰਨੀਆਂ ਨਹੀਂ ਉਹ ਮਸਲਾ ਪਾਸੇ ਰਹਿ ਗਿਆ ਦੂਸਰਾ ਇਹ ਕਿ ਪਿਛਲਿਆਂ ਦਿਨਾਂ ਦੇ ਵਿੱਚ ਇੱਥੇ ਅਫਵਾਹਾਂ ਦਾ ਦੌਰ ਬਹੁਤ ਚੱਲਿਆ ਸੀ ਜੀ ਜੀ ਕਈ ਲੋਕ ਨੇ ਜਿਨ੍ਹਾਂ ਨੇ ਆਪੋ ਆਪਣੇ ਘਰਾਂ ਤੋਂ ਵਟਸਐਪ ਦੇ ਉੱਤੇ ਤੇ YouTube ਦੇ ਉੱਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ Facebook ਤੇ ਆਪਣੇ ਢੰਗ ਨਾਲ ਸੱਦੇ ਦੇਣੇ ਸ਼ੁਰੂ ਕਰਤੇ ਆਪਣੇ ਢੰਗ ਨਾਲ ਉਹ ਗੱਲਾਂ ਕਹਿਣੀਆਂ ਸ਼ੁਰੂ ਕਰਤੀਆਂ ਜਿਹੜੀਆਂ ਕਿਤੇ ਹੋਈਆਂ ਨਹੀਂ ਉਹ ਪਿਛਲੇ ਸਮੇਂ ਦੇ ਵਿੱਚ ਇਹੋ ਜੀਆਂ ਅਫਵਾਹਾਂ ਕੋਈ ਫੁਲਾਉਂਦਾ ਸੀ ਪਹਿਲੀ ਜਾਂਦੀਆਂ ਸੀ ਸਰਕਾਰ ਪੁਲਿਸ ਕਾਰਵਾਈ ਨਹੀਂ ਸੀ ਕਰਦੀ ਐਸ ਵਾਰੀ ਸਰਕਾਰ ਨੇ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕੀਤੀ ਹੈ ਬਹੁਤ ਸਾਰੀਆਂ ਥਾਵਾਂ ਤੋਂ ਪਤਾ ਲੱਗਾ ਕਿ ਕਿਤੇ ਦੋ ਕਿਤੇ ਚਾਰ ਕਿਤੇ ਪੰਜ ਬੰਦੇ ਫੜੇ ਗਏ ਉਹਨਾਂ ਦੇ ਉੱਤੇ ਬਕਾਇਦਾ ਫਵਾਹਾਂ ਫਲਾਉਣ ਦਾ ਕੇਸ ਵੀ ਦਰਜ ਕੀਤਾ ਜਾ ਰਿਹਾ ਇਹ ਕਾਰਵਾਈ ਪਹਿਲੀ ਵਾਰ ਹੋ ਰਹੀ ਹੈ ਪਹਿਲਾਂ ਅੱਗੇ ਕਦੇ ਹੋਈ ਨਹੀਂ ਸੀ ਇਸ ਤਰ੍ਹਾਂ ਦੀ ਮਾੜੀ ਮੋਟੀ ਹੁੰਦੀ ਸੀ ਲੀਪਾ ਪੋਤੀ ਕਰਕੇ ਛੱਡ ਦਿੰਦੇ ਸੀ ਐਸ ਵਾਰੀ ਪੁਲਿਸ ਕਾਫੀ ਗੰਭੀਰਤਾ ਨਾਲ ਇਸ ਮਸਲੇ ਨੂੰ ਲੈ ਰਹੀ ਹੈ ਤੇ ਕਾਰਵਾਈ ਕਰਦੀ ਪਈ ਹੈ ਇਧਰ ਤੋਂ ਅਗਲਾ ਮਸਲਾ ਫਿਰ ਆ ਜਾਂਦਾ ਉਹ ਇੱਕ ਸਾਡੇ ਸਿਆਸੀ ਲੀਡਰ ਕੀ ਕਰਦੇ ਜੀ ਸਿਆਸੀ ਲੀਡਰਾਂ ਚੋਂ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਤਾਂ ਮਿਲ ਕੇ ਚੱਲ ਰਹੀਆਂ ਪਰ ਪੰਜਾਬ ਦੇ ਬੀਜੇਪੀ ਵਾਲੇ ਇੱਕ ਤਰਫਾ ਤੌਰ ਤੇ ਪੰਜਾਬ ਦੀ ਸਰਕਾਰ ਨੂੰ ਨਿੰਦੀ ਜਾਂਦੇ ਆ ਜਿਹੜੇ ਕਾਂਗਰਸ ਪਾਰਟੀ ਵਾਲੇ ਉਹਨਾਂ ਚੋਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੋਵਾਂ ਦੇ ਬਿਆਨ ਬਹੁਤ ਸੰਕੋਚਵੇਂ ਆ ਫालतूਗਰ ਕੋਈ ਨਹੀਂ ਕਰ ਰਿਹਾ ਪਰ ਉਹਨਾਂ ਦੀ ਪਾਰਟੀ ਦੇ ਇੱਕ ਦੋ ਵਿਧਾਇਕ ਇਹੋ ਜਿਹਾ ਜਿਨ੍ਹਾਂ ਨੂੰ ਸਵੇਰੇ ਉੱਠ ਕੇ ਇਹ ਚਸਕਾ ਕਿ ਅੱਜ ਕੋਈ ਬਿਆਨ ਨਾ ਦਿੱਤਾ ਤੇ ਭਲਕੇ ਅਖਬਾਰ 'ਚ ਸਾਡੀ ਫੋਟੋ ਕਿੱਦਾਂ ਛਪੂਗੀ ਸਾਡਾ ਨਾਕਾ ਨਾ ਛਪੂਗਾ ਉਹ ਇਸ ਤਰ੍ਹਾਂ ਦੀਆਂ ਅਟਕਲ ਪੱਚੂ ਗੱਲਾਂ ਕਹਿ ਰਿਹਾ ਜਿਹੜੀਆਂ ਨਹੀਂ ਕਹਿਣ ਵਾਲੀਆਂ ਇਧਰੋਂ ਅਕਾਲੀ ਦਲ ਚਾ ਬਾਦਲ ਸਾਹਿਬ ਨੇ ਬੜੀ ਭਾਵਕ ਅਪੀਲ ਕਰ ਦਿੱਤੀ ਹੈ ਸੁਖਵੀਰ ਸਿੰਘ ਬਾਦਲ ਕਹਿੰਦਾ ਜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਸਿੱਖਾਂ ਦੇ ਖਿਲਾਫ ਇੱਕ ਜ਼ੁਲਮ ਦੀ ਨੇਰੀ ਲਿਆ ਕੇ ਤੇ ਬਦਨਾਮ ਕਰਦੀ ਹੈ ਬੀਬੀ ਹਰਸਿਮਰਤ कौर ਬਾਦਲ ਦਾ ਥੋੜੀ ਦਰਪਿਲਾਂ ਬਿਆਨ ਆਇਆ ਕਦੇ ਕਾਦੀ ਪੁਲਿਸ ਇੱਕ ਬੰਦਾ ਇਹਨਾਂ ਤੋਂ ਫੜਿਆ ਨਹੀਂ ਜਾ ਰਿਹਾ ਵੀ ਘਰ ਦੇ ਵਿੱਚ ਪਹਿਲਾਂ ਸਲਾਹ ਕਰ ਲੋ ਕਿ ਤੁਸੀਂ ਅੱਜ ਕਿਹੜਾ ਬਿਆਨ ਦੇਣਾ ਅੱਡੋ ਅੱਡ ਬਿਆਨ ਦਿੱਤੇ ਜਾਣਗੇ ਇਸੇ ਤਰ੍ਹਾਂ ਕਾਂਗਰਸੀਆਂ ਨੂੰ ਆਪਣੀ ਪਾਰਟੀ 'ਚ رائے ਬਣਾ ਲੈਣੀ ਚਾਹੀਦੀ ਆ ਕਿ ਅੱਜ ਅਸੀਂ ਕਿਹੜਾ ਬਿਆਨ ਦੇਣਾ ਕਿਹੜਾ ਬਿਆਨ ਨਹੀਂ ਦੇਣਾ ਜੇ ਅੱਡੋ ਅੱਡ ਬਿਆਨ ਦੇਣਗੇ ਆਪੋਜੀਸ਼ਨ ਲੀਡਰ ਹੋਰ ਪਾਰਟੀ ਦਾ ਪ੍ਰਧਾਨ ਹੋਰ ਤੇ ਜਿਹੜੇ ਵਿਧਾਇਕ ਨੇ ਉਹ ਆਪਣੀਆਂ ਹਵਾ 'ਚ ਤਲਵਾਰਾਂ ਚਲਾਈ ਜਾਣਗੇ ਤੇ ਉਹਦੇ ਨਾਲ ਕੋਈ ਫਾਇਦਾ ਤੇ ਹੋਣਾ ਨਹੀਂ ਇਹ ਅਹੋ ਜੇ ਮੌਕੇ ਤੇ ਬੜੇ ਸੋਚ ਸਮਝ ਕੇ ਨਾਪ ਤੋਲ ਕੇ ਬਿਆਨ ਦੇਣੇ ਚਾਹੀਦੇ ਕਿਸੇ ਵੀ ਤਰ੍ਹਾਂ ਨੂੰ ਕੱਲ ਨੂੰ ਇਹ ਬਿਆਨ ਜਿਹੜੇ ਅਦਾਲਤਾਂ ਵਿੱਚ ਵੀ ਜਾ ਕੇ ਪੇਸ਼ ਕੀਤੇ ਜਾ ਸਕਦੇ ਆ ਫਲਾਣੇ ਵਕਤ ਫਲਾਣੇ ਬੰਦੇ ਨੇ ਆ ਆਖਿਆ ਸੀ ਉਦੋਂ ਫਿਰ ਪੋਜੀਸ਼ਨ ਹਾਸੋ ਨਹੀਂ ਹੋਵੇਗੀ ਇਹਦਾ ਕੇਸਾਂ ਤੇ ਵੀ ਅਸਰ ਪੈ ਸਕਦਾ ਇਸ ਕਰਕੇ ਸਾਰਿਆਂ ਨੂੰ ਬੜਾ ਸੰਕੋਚ ਨਾਲ ਬੜਾ ਠਰਮੇ ਨਾਲ ਇਹੋ ਜੇ ਮੁੱਦਿਆਂ ਤੇ ਬਿਆਨ ਦੇਣੇ ਚਾਹੀਦੇ ਫालतू ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜੀ ਪਰ ਸਭ ਇੰਗਲੈਂਡ ਤੋਂ ਬਹੁਤ ਹੈਰਾਨ ਕਰਦੀ ਇੱਕ ਖਬਰ ਸਾਹਮਣੇ ਆ ਰਹੀ ਹੈ ਪਤਾ ਚੱਲਿਆ ਕਿ ਕੁਝ ਕੁ ਬੱਚਿਆਂ ਨਾਲ ਧੋਖਾ ਹੋਇਆ ਹੈ ਕੁਝ ਕਿ ਨਹੀਂ ਗਿਣਤੀ ਉਹਨਾਂ ਦੀ 35000 ਕੋਈ ਕਹਿੰਦਾ ਕੋਈ ਕਹਿੰਦਾ 50000 ਤੋਂ ਉੱਪਰ ਹੈ ਇਹ ਧੋਖਾ ਕੀ ਹੈ ਤੇ ਖਬਰ ਦੱਸੋ ਜੀ ਪੂਰੀ ਕੀ ਮਾਮਲਾ ਦੇਖੋ ਅਜੇ ਤਾਂ ਪਿਛਲੇ ਇੱਕ ਹਫ਼ਤੇ ਤੋਂ ਰੌਲਾ ਪੈਣ ਡਿਆ ਕਿ ਕੈਨੇਡਾ ਚੋ 700 ਬੱਚਿਆਂ ਨੂੰ ਕੱਢ ਦਿੱਤਾ ਜਾਣਾ ਜੀ ਉਹਨਾਂ ਨਾਲ ਇਮੀਗ੍ਰੇਸ਼ਨ ਫਰਾਡ ਹੋਇਆ ਬੰਦਾ ਜਲੰਧਰ ਚ ਹੁੰਦਾ ਸੀ ਜਿਹਨੇ ਕੀਤਾ ਔਰ ਉਹਦੀ ਸਰਕਾਰੀ ਦਰਬਾਰੇ ਵੀ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨਾਲ ਅਫਸਰਾਂ ਨਾਲ ਕਹਿੰਦੇ ਪਹੁੰਚ ਸੀ ਉਹ ਜਿਹੜੇ ਇਦਾਂ ਦੇ ਫਰਾਡ-ਛਰਾਡ ਕਰਦਾ ਰਿਹਾ ਹੁਣ ਉਹਦੇ ਖਿਲਾਫ ਇੱਕ ਨੋਟਿਸ ਤਾਂ ਜਾਰੀ ਹੋ ਗਿਆ ਉਹਨਾਂ ਨੇ ਬੰਦੇ ਨੂੰ ਕਾਬੂ ਨਹੀਂ ਆਉਣਾ ਜਿਨ੍ਹਾਂ ਨੇ ਮਾਲਟਾ ਦੇ ਵਿੱਚ ਜਾ ਕੇ 300 ਤੋਂ ਵੱਧ ਮੁੰਡੇ ਸਮੁੰਦਰ ਚ ਡੋਬ ਕੇ ਮਾਰਤੇ ਸੀ ਉਹਨਾਂ ਦਾ ਕੀ ਵਿਗੜ ਗਿਆ ਸੀ ਤੇ ਇਹਦਾ ਕੀ ਵਿਗੜ ਜੋ ਅਜੇ ਤੱਕ ਉਹਦੇ ਪਤਾ ਨਹੀਂ ਲੱਗਦਾ ਪਿਆ ਨਵੀਂ ਖਬਰ ਇਹ ਆ ਗਈ ਆ ਪਰ ਇਹ ਨਵੀਂ ਨਹੀਂ ਗਈ ਇਹ ਪੁਰਾਣੀ ਆ 2014 ਚ ਫਰਾਡ ਹੋਇਆ ਸੀ 9 ਸਾਲ ਹੋ ਗਏ ਇਸ ਕੱਲ ਨੂੰ ਜੀ ਉੱਥੇ ਜਿਹੜਾ ਐਜੂਕੇਸ਼ਨਲ ਟੈਸਟਿੰਗ ਸਰਵਿਸ ਹੈ ਇੰਗਲੈਂਡ ਦੀ ਉਹਨਾਂ ਨੇ ਵੇਖਿਆ ਕਿ ਇੱਥੇ ਇੰਗਲਿਸ਼ ਟੈਸਟ ਜਿਹੜਾ ਆਈਲਟਸ ਦਾ ਉਹਦੇ ਵਿੱਚ ਕਿਤੇ ਗੜਬੜ ਹੋਈ ਆ ਤੇ ਉਹ ਕੁੱਲ ਉਹਨਾਂ ਨੇ 34000 ਵਿਦਿਆਰਥੀ ਹੋਜੇ ਲੰਬੇ ਜਿਨ੍ਹਾਂ ਚ ਬਹੁਤੇ ਭਾਰਤੀ ਨੇ ਜਿਨ੍ਹਾਂ ਦਾ ਖਾਸ ਸੈਂਟਰਾਂ ਤੋਂ ਇਹ ਟੈਸਟ ਕਰਵਾਇਆ ਗਿਆ ਤੇ ਉਹਨਾਂ ਨੂੰ ਪਾਸ ਕਰਵਾਇਆ ਗਿਆ ਮਗਰੋਂ ਪਤਾ ਲੱਗਾ ਕਿ ਉੱਥੇ ਹੇਰਾਫੇਰੀ ਹੁੰਦੀ ਰਹੀ ਹੈ ਉੱਥੋਂ ਦੇ ਬੀਬੀਸੀ ਚੈਨਲ ਨੇ ਇੱਕ ਡਾਕੂਮੈਂਟਰੀ ਬਣਾ ਕੇ ਰਿਲੀਜ਼ ਕਰ ਦਿੱਤੀ ਉਸ ਤੋਂ ਬਾਅਦ ਰੌਲਾ ਪਿਆ ਗਿਆ ਇਹਨਾਂ ਸਾਰਿਆਂ ਦੀ ਰਾਤੋਂ ਰਾਤ ਹੀ ਉੱਥੇ ਜਿਹੜੀ ਇਮੀਗ੍ਰੇਸ਼ਨ ਸੀ ਉਹ ਝਾਲੀ ਬਣ ਗਈ ਇਹਨਾਂ ਨੂੰ ਆਖਿਆ ਤੁਹਾਨੂੰ ਕੱਢ ਦੇਣਾ ਉਹ ਉਦੋਂ ਦੇ ਪਿੱਟਦੇ ਪਏ ਸੀ ਅੱਜ ਉਹ ਜਾ ਕੇ ਤੇ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਰਿਸ਼ੀ ਸੋਨਿਕ ਨੂੰ ਆਪਣੇ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਕਿ ਸਾਡੇ ਨਾਲ ਜਿਆਦਤੀ ਹੋ ਰਹੀ ਸਾਡਾ ਕੀ ਕਸੂਰ ਹੈ 34000 ਤੇ ਉਹ ਸਨ 22000 ਹੋ ਰਿਹਾ ਜਿੰਨਾ ਬਾਰੇ ਆਖਿਆ ਗਿਆ ਕਿ ਤੁਹਾਡਾ ਵੀ ਟੈਸਟ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਉਹ ਸ਼ੱਕੀ ਹੈ ਤੁਸੀਂ ਵੀ ਸਾਬਤ ਕਰੋ ਕਿ ਇੱਕ ਦਾ ਹੋਈ ਹੈ ਹੁਣ 34 ਤੇ 22 56000 ਨੂੰ ਪਹੁੰਚ ਜੋ ਜਿਹੜੀਆਂ ਸਟੋਰੀਜ਼ ਉਥੋਂ ਆ ਰਹੀਆਂ ਨੇ ਇੰਗਲੈਂਡ ਦੇ ਅਖਬਾਰ ਗਾਰਡੀਅਨ ਨੇ ਰਿਪੋਰਟ ਦਿੱਤੀ ਹੈ ਕਿ ਇੱਕ ਔਰਤ ਇਹੋ ਜਿਹੜੇ 10 ਸਾਲ ਹੋ ਗਏ ਆਪਣੇ ਬੱਚਿਆਂ ਨੂੰ ਨਹੀਂ ਮਿਲੇ ਤਨੂ ਦੇ ਪਰਿਵਾਰ ਨੇ ਕਿਹਾ ਤਾਂ ਘਰ ਤਾਂ ਆਵੀ ਜਦੋਂ ਤੂੰ ਇਹ ਸਾਫ਼ ਕਰ ਦੇਵੇਂਗੇ ਕਿ ਤੂੰ ਕੋਈ ਫਰਾਡ ਨਹੀਂ ਕੀਤਾ ਨਹੀਂ ਤੇ ਅਸੀਂ ਤੈਨੂੰ ਫਰਾਡੀਆਂ ਨੂੰ ਆਪਣੇ ਘਰ ਬਾੜ ਕੇ ਤੇ ਪਰਿਵਾਰ ਦੀ ਬੇਇੱਜ਼ਤੀ ਨਹੀਂ ਕਰਾਉਣਾ ਚਾਹੁੰਦੇ ਉਹਨਾਂ ਉੱਧਰ ਜੋ ਗਏ ਨਾ ਉੱਧਰ ਜੋ ਵੀ ਵਿਚਾਰੇ ਮਰਨ ਵਾਲੀ ਹੋ ਗਈ ਇੱਕ ਮੁੰਡਾ ਹੋ ਰਿਹਾ ਜਿਹਨੂੰ ਕੰਪਨੀ ਨੇ ਰੱਖਿਆ ਸੀ ਕੰਪਨੀ ਨੇ ਉਹਤੇ ਕੇਸ ਕਰ ਦਿੱਤਾ ਕਿ ਤੇਰਾ ਇਮੀਗ੍ਰੇਸ਼ਨ ਦਾ ਕੰਮ ਝੂਠਾ ਸੀ ਤੇ ਤੈਨੂੰ ਅਸੀਂ ਰੱਖਿਆ ਤੂੰ ਸਾਡੇ ਨਾਲ ਠੱਗੀ ਕੀਤੀ ਹੈ ਉਹ ਉਹਨੂੰ ਲਪੇਟੀ ਫਿਰਦੇ ਐ ਇਦਾਂ ਦੇ ਹੁਣ ਜਦੋਂ 34 ਤੇ 22 56000 ਬੱਚਿਆਂ ਦੇ ਕੇਸ ਨੇ ਤੇ ਉਹਨਾਂ ਸਾਰਨ ਕੋਈ ਇਹ ਜ਼ਿੰਮੇਵਾਰੀ ਭਾਰਤ ਸਰਕਾਰ ਨੂੰ ਨਿਭਾਉਣੀ ਚਾਹੀਦੀ ਹੈ ਜਿਹਦੇ ਕੋਲ ਭਾਰਤ ਦਾ ਪਾਸਪੋਰਟ ਹੈ ਪਾਸਪੋਰਟ ਤੇ ਲਿਖਿਆ ਹੁੰਦਾ ਕਿ ਭਾਰਤ ਦਾ ਜਿਹੜਾ ਰਾਸ਼ਟਰਪਤੀ ਆ ਉਹ ਇਸ ਗੱਲ ਦੇ ਜ਼ਿੰਮੇਵਾਰੀ ਲੈਂਦਾ ਕਿ ਸਾਡਾ ਨਾਗਰਿਕ ਹੈ ਜੇ ਨਾਗਰਿਕ ਦੀਪ ਦੂਸਰੇ ਦੇਸ਼ਾਂ ਵਿੱਚ ਭਾਰਤ ਦਾ ਰਾਸ਼ਟਰਪਤੀ ਭਾਰਤ ਦੀ ਸਰਕਾਰ ਵੱਲੋਂ ਜ਼ਿੰਮੇਵਾਰੀ ਲੈਂਦਾ ਕਿ ਸਾਡੇ ਆ ਇਹਦੀ ਜ਼ਿੰਮੇਵਾਰੀ ਸਾਡੀ ਆ ਤੇ ਜੇ ਉਹਨਾਂ ਨੂੰ ਉੱਥੇ ਜਾ ਕੇ ਕੋਈ ਅਭੀ ਨਵੀਂ ਮਾੜਾ ਚੰਗਾ ਹੋ ਜਾਂਦਾ ਤੇ ਉਹਦੀ ਜ਼ਿੰਮੇਵਾਰੀ ਵੀ ਭਾਰਤ ਸਰਕਾਰ ਨੂੰ ਲੈਣੀ ਚਾਹੀਦੀ ਹੈ ਜੇ ਉਹਨਾਂ ਨਾਲ ਕੋਈ ਇਮੀਗ੍ਰੇਸ਼ਨ ਫਰਾਡ ਹੋਇਆ ਹੈ ਤੇ ਜਦੋਂ ਹੋਏ ਉਦੋਂ ਭਾਰਤ ਦਾ ਉੱਥੇ ਜਿਹੜਾ ਹਾਈ ਕਮਿਸ਼ਨ ਹੈ ਉਹ ਜਿਹੜਾ ਕੌਂਸੂਲੇਟ ਹੈ ਉਹ ਸਾਰੇ ਸੁੱਤੇ ਪਏ ਸਨ ਇਹ ਉਸ ਵਕਤ ਕੀ ਕਰਦੇ ਸੀ ਇਹ ਸਾਰੀਆਂ ਭਾਰਤ ਦੀਆਂ ਏਜੰਸੀਆਂ ਉਦੋਂ ਕਿਉਂ ਨਹੀਂ ਚੈੱਕ ਕਰਦੀਆਂ ਜਦੋਂ ਇਹ ਬੱਚੇ ਫਸ ਜਾਂਦੇ ਆ ਤੇ ਮੁੜ ਕੇ ਰੋਲਾ ਪੈਂਦਾ ਸਾਰੀ ਦੁਨੀਆ 'ਚ ਬਦਨਾਮੀ ਹੁੰਦੀ ਭਾਰਤ ਦੀ ਵੀ ਭਾਰਤੀ ਬੱਚਿਆਂ ਦੀ ਵੀ ਜੀ ਅੱਗੇ ਤੋਂ ਜਿਹੜੇ ਹੋਰ ਬੱਚਿਆਂ ਨੇ ਪੜਨ ਜਾਣਾ ਉਹਨਾਂ ਵਾਸਤੇ ਵੀ ਮੁਸ਼ਕਲ ਆਉਣ گی ਉਹਨਾਂ ਨੂੰ ਸਟੱਡੀ ਵੀਚ ਨਹੀਂ ਮਿਲਣਗੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਖੜੀ ਹੋ ਜਾਵੇਗੀ ਅਜੇ ਤੱਕ ਭਾਰਤ ਸਰਕਾਰ ਦੇ ਉੱਤੇ ਨਹੀਂ ਬੋਲੀ ਜਾਉਂਦੀ ਮੈਂ ਕੋਈ ਇਹੋ ਜਿਹਾ ਬਿਆਨ ਇਹਨਾਂ ਦਾ ਨਹੀਂ ਪੜਿਆ ਪੋਥੀਰਾ ਹਾਈ ਕਮਿਸ਼ਨ ਸਾਡਾ ਉਹਨਾਂ ਦਾ ਤੇ ਹਮੇਸ਼ਾ ਤੋਂ ਇਹ ਹਾਲ ਹੁੰਦਾ ਕਿ ਗਿਣਵੇਂ ਚੁਣਵੇਂ ਲੋਕਾਂ ਦੇ ਰਾਹੀਂ ਉਹ ਕੰਮ ਕਰਦੇ ਆ ਆਮ ਲੋਕ ਉੱਥੇ ਜਾਣ ਤੇ ਕਈ ਕਈ ਦਿਨ ਖੱਜਲ ਖਰਾਬ ਹੁੰਦੇ ਰਹਿੰਦੇ ਆ ਇਹ ਇਹੋ ਜੀਆਂ ਹਰਕਤਾਂ ਕਈ ਵਾਰ ਸਾਨੂੰ ਸੁਣਨ ਨੂੰ ਮਿਲੀਆਂ ਕਿ ਲੋਕ ਉੱਥੇ ਖੱਜਲ ਖਰਾਬ ਹੋ ਕੇ ਮੋੜਾਂ ਦੇ ਉੱਤੇ ਕੋਈ ਪੁੱਛਣ ਵਾਲਾ ਹੈ ਨਹੀਂ ਸਾਡਾ ਭਾਰਤ ਸਰਕਾਰ ਦਾ ਵਿਦੇਸ਼ ਮੰਕਮਾ ਵਿਦੇਸ਼ ਮੰਤਰਾਲਾ ਇਹ ਆਪਣੇ ਹਾਈ ਕਮਿਸ਼ਨਰਾਂ ਵਗੈਰਾ ਨੂੰ ਵੀ ਬਹੁਤਾ ਨੀਗਾ ਪੁੱਛਦਾ ਪਛਦਾ ਜਾਵਦਾ ਔਰ ਜਿਹੜੀ ਸਾਡੀ ਇੰਡੀਅਨ ਫੋਰਸ ਸਰਵਿਸ ਹੈ ਉਹਦੇ ਬਾਰੇ ਲੋਕਾਂ ਨੂੰ ਬੜੀਆਂ ਗੰਭੀਰ ਸ਼ਿਕਾਇਤਾਂ ਦੁਨੀਆ ਭਰ ਚੋਂ ਆਉਣ ਰਹੀਆਂ ਹੁਣ ਕੈਨੇਡਾ ਦੇ ਵਿੱਚ ਜੋ ਕਿ ਭਾਰਤੀ ਵਿਦਿਆਰਥੀਆਂ ਨਾਲ ਹੋਇਆ ਜਿੱਡਾ ਵੱਡਾ ਫਰਾਰਡ ਹੋਇਆ ਭਾਵੇਂ ਇੱਥੋਂ ਜਲੰਧਰ ਚੋਂ ਸ਼ੁਰੂ ਹੋਇਆ ਪਰ ਉਹਦੇ ਮਾਮਲੇ ਵਿੱਚ ਵੀ ਉਹਨਾਂ 700 ਬੱਚਿਆਂ ਦੀ ਮਦਦ ਭਾਰਤ ਦੇ ਹਾਈ ਕਮਿਸ਼ਨ ਨੂੰ ਆਟਵਾ ਦੇ ਵਿੱਚ ਜੜਿਆ ਕਾ ਕੈਨੇਡਾ ਰਾਜਧਾਨੀ ਚ अनुमति करनी चाहिए ਤੇ ਜਿਹੜੇ ਇਹ 34 ਤੇ 22 56000 ਨੇ ਇਹ ਚੋ ਪਤਾ ਨਹੀਂ ਭਾਰਤੀ ਕਿੰਨੇ ਆ ਜਿੰਨੇ ਵੀ ਹਉਣ ਹਜ਼ਾਰਾਂ ਚ ਹੋਣਗੇ ਉਹਨਾਂ ਸਰ ਦੀ ਮਦਦ ਕਰਨ ਵਾਸਤੇ ਵੀ ਭਾਰਤੀ ਹਾਈ ਕਮਿਸ਼ਨ ਨੂੰ ਉੱਥੇ ਕਾਨੂੰਨੀ ਤੇ ਹੋਰ ਸਾਰੇ ਰਾ ਵਰਤਣ ਵਾਸਤੇ ਉਹਨਾਂ ਦੇ ਅੱਗੇ ਆਉਣਾ ਚਾਹੀਦਾ ਜੀ ਪੰਸਾਭ ਕਲ ਸ਼ਾਮ ਅਰਵਿੰਦ ਕੇਜਰੀਵਾਲ ਉਹਨਾਂ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਕਿ ਬਜਟ ਰੋਕ ਦਿੱਤਾ ਗਿਆ ਕੇਂਦਰ ਸਰਕਾਰ ਨੇ ਤੇ ਅੱਜ ਪਤਾ ਚੱਲਿਆ ਕਿ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਇਹ ਤਾਂ ਪੰਸਾਭ ਇੱਕ ਸਵਧਾਨਿਕ ਪ੍ਰਕਿਰਿਆ ਹੈ ਇੱਧਰ ਰੋਕਿਆ ਜਾ ਸਕਦਾ ਹੈ ਜੇਕਰ ਮਨਜ਼ੂਰੀ ਦੇਣੀ ਸੀ ਤਾਂ ਫਿਰ ਰੋਕਿਆ ਕਾਹਤੋਂ ਸੀਗਾ ਇਹ ਦਿੱਲੀ ਵਿੱਚ ਜਿਹੜੀ ਲਾਗ ਲਾਠ ਚੱਲਦੀ ਪਈ ਲੈਫਟ ਡੀਨ ਗਵਰਨਰ ਸਾਹਿਬ ਨਾਲ ਉਹੀ ਮਸਲਾ ਸੀ ਜਾਂ ਕੁਝ ਹੋਰ ਤੇ ਪੰਜਾਬ ਵਿੱਚ ਵੀ ਤਾਂ ਇਹ ਹੋਇਆ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਸਰਕਾਰ ਵੱਲੋਂ ਲਿਖ ਕੇ ਭੇਜਿਆ ਫੁਲਾਣੀ ਤਰੀਕ ਨੂੰ ਅਸੀਂ ਬਜਟ ਸਮਾਗਮ ਕਰਨਾ ਚਾਹੁੰਦੇ ਹਾਂ ਤੇ ਗਵਰਨਰ ਸਾਹਿਬ ਨੇ ਲਿਖ ਕੇ ਭੇਜ ਦਿੱਤਾ ਕਿ ਮੈਂ ਇਹ ਦੀ ਆਗਿਆ ਨਹੀਂ ਕਰਨ ਦਿੰਦਾ ਵਿਧਾਨ ਸਭਾ ਦਾ ਬਜਟ ਸਮਗਮ ਉਹਦੋਂ ਤੱਕ ਨਹੀਂ ਸੱਦਿਆ ਜਾ ਸਕਦਾ ਜਦੋਂ ਤੱਕ ਤੁਸੀਂ ਮੇਰੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ ਜੀ ਉਹ ਮਸਲਾ ਸੁਪਰੀਮ ਕੋਰਟ ਚੱਲੇਗਾ ਸੁਪਰੀਮ ਕੋਰਟ ਨੇ ਇਹ ਆਖਿਆ ਕਿ ਮੁੱਖ ਮੰਤਰੀ ਨੂੰ ਗਵਰਨਰ ਦੀਆਂ ਚਿੱਠੀਆਂ ਦਾ ਜਵਾਬ ਦੇਣਾ ਚਾਹੀਦਾ ਆਰਡਰ ਨਹੀਂ ਕੀਤਾ ਕਿ ਜ਼ਰੂਰ ਦਿਓ ਆਖਿਆ ਦੇਣਾ ਚਾਹੀਦਾ ਅੱਛਾ ਚਲੋ ਹੋ ਸਕਦਾ ਆਰਡਰ ਵੀ ਕਰ ਦਿੱਤਾ ਹੋਵੇ ਵੀ ਦਿਓ ਜਵਾਬ ਜ਼ਰੂਰ ਦਿਓ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਜਟ ਇੱਕ ਸੰਵਿਧਾਨਕ ਪ੍ਰਕਿਰਿਆ ਕੰਸਟੀਚਿਊਸ਼ਨਲ ਪ੍ਰੋਸੈਸ ਹੈ ਇਹ ਨਹੀਂ ਲੋਕਾਂ ਦਾ ਗਵਰਨਰ ਸਾਹਿਬ ਇਹਨੂੰ ਕਿਦਾਂ ਰੋਕਦਾ ਇਹ ਬਜਟ ਸਮਾਗਮ ਹੋਵੇਗਾ ਜਾ ਕੇ ਮਨਜ਼ੂਰੀ ਦਿਓ ਤੇ ਗਵਰਨਰ ਨੂੰ ਮਨਜ਼ੂਰੀ ਦੇਣੀ ਪੈਗੀ ਮਨਜ਼ੂਰੀ ਦੇ ਕੇ ਸਮਾਗਮ ਵਿੱਚ ਆ ਕੇ ਉਹ ਪਾਠਨ ਵੀ ਪੜਨਾ ਪਿਆ ਜਿਹੜਾ ਪੰਜਾਬ ਦੀ ਸਰਕਾਰ ਨੇ ਲਿਖਿਆ ਸੀ ਉਹਦੇ ਤੋਂ ਉਨੇ ਇੱਕੀ ਇੱਕ ਦੋ ਅੱਖਰ ਅੱਗੇ ਪਿਛੇ ਆਉਣ ਲੱਗੇ ਤੇ ਮੁੱਖ ਮੰਤਰੀ ਨੇ ਟੋਕਿਆ ਤੇ ਗਵਰਨਰ ਨੂੰ ਫੇਰ ਮੰਨਣਾ ਪਿਆ ਕਿ ਹਾਂ ਸੰਵਧਾਨਕ ਤੌਰ ਤੇ ਮੈਨੂੰ ਉਹ ਪੜਨਾ ਪੈਣਾ ਤੇ ਪੜਿਆ ਉਹਨ ਦਿੱਲੀ 'ਚ ਉੱਥੇ ਲੈਫਟ ਹੈਂਡ ਗਵਰਨਰ ਦਾ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਦੀ ਕਦੇ ਬਣੀ ਨਹੀਂ ਬਣਦੀ ਨਹੀਂ ਬਣਦੀ ਵੀ ਨਹੀਂ ਉਹਨਾਂ ਨੇ ਫੇਰ ਡਿੱਕਾ ਢਾਤਾਂ ਅੜਕਾ ਹੋਣੀ ਡਾਰੇ ਦਲੀ ਦਾ ਲੈਫਟ ਹੈਂਡ ਕਰਨ ਦਿੱਤਾ ਕੇਂਦਰ ਸਰਕਾਰ ਤੋਂ ਪੁੱਛੇ ਗਏ ਵਾਰ ਕੁਝ ਕਰਦਾ ਹੀ ਨਹੀਂ ਜੀ ਕੇਂਦਰ ਸਰਕਾਰ ਨੇ ਕਹਿ ਦਿੱਤਾ ਤੇ ਉਹਨੇ ਆਖਿਆ ਠੀਕ ਆ ਰੋਕ ਦਿੰਨੇ ਉਹ ਰੋਕ ਦਿੱਤਾ ਹੁਣ ਜਦੋਂ ਇਹਨਾਂ ਨੇ ਫੇਰ ਚਿੱਠੀ ਆ ਕੋਈ ਲਿਖੀ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਕਿ ਕੀ ਕੀ ਹੋ ਰਿਹਾ ਇਹ ਵੀ ਉਹਨਾਂ ਨੂੰ ਪਤਾ ਸੀ ਕਿ ਜੇ ਪੰਜਾਬ ਦਾ ਬਜਟ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਬਜਟ ਸਮਾਗਮ ਸਦਨ ਤੇ ਬਜਟ ਪੇਸ਼ ਕਰਨ ਦੀ ਆਗਿਆ ਮਿਲ ਗਈ ਹੈ ਤੇ ਅੱਗੇ ਇੱਥੇ ਵੀ ਦੇਣੀ ਪਣੀ ਹੈ ਜੇ ਅੱਗੇ ਦੇਣੀ ਪਣੀ ਹੈ ਤੇ ਡਿੱਕੇ ਡਾਉਣ ਦਾ ਕੀ ਫਾਇਦਾ ਸੀ ਜੀ ਐਵੇਂ ਮੁਰਮੁਰ ਕੇ ਤਤਿਆਂ ਪਾਣੀਆਂ ਨਾਲ ਘਰ ਛੜਨ ਦੇ ਕੋਸ਼ਿਸ਼ ਵਿੱਚੋਂ ਨਿਕਲਦਾ ਕੱਖ ਨਹੀਂ ਹੁੰਦਾ ਬਿਹਤਰ ਇਹ ਹੈ ਕਿ ਰਾਜ ਸਰਕਾਰ ਤੇ ਕੇਂਦਰ ਸਰਕਾਰ ਮਿਲ ਕੇ ਚੱਲਣ ਪੰਜਾਬ ਵਿੱਚ ਵੀ ਦਿੱਲੀ ਵਿੱਚ ਵੀ ਤੇ ਬਾਕੀ ਸਭ ਥਾਂ ਵੀ ਬਿਲਕੁਲ ਮਾਨ ਸਰ ਤੁਸੀਂ ਆਏ ਸਮਾਂ ਕੱਢਿਆ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਸਵਾਇਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਹੋ ਰਹਾ ਪ੍ਰੋਗਰਾਮਾਂ ਲਈ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ